ਕਰੇਗਾ, ਤੇਰਾ ਨਾਮ ਨਹੀਂ ਚੱਲੇਗਾ। ਦੇਖੋ ਮੈਂ ਦੱਸ ਰਿਹਾ ਹੁਣ ਸਭ ਨੂੰ, ਮੈਂ ਕਿਹਾ ਜੀ ਤੈਨੂੰ ਪੈਟਰੋਲ ਮਿਲ ਜਾਏਗਾ ਹਾਂ, ਅਤੇ ਤੂੰ ਪਹੁੰਚਣਾ ਬੰਦਾ। ਦੇਖੋ ਪੁੱਛ ਕੇ ਵੇਖ ਲਓ ਜੀ, ਬੜੇ ਹਾਲਾਤ ਟੈਟ ਨੇ ਜੀ, ਬੜੇ ਹਾਲਾਤ ਖਰਾਬ ਨੇ ਜੀ, ਪਹੁੰਚਿਆ ਨਹੀਂ ਜਾਂਦਾ ਜੀ, ਹਾਲਾਤ ਬੜੇ ਖਰਾਬ ਨੇ ਯਾਰ। ਮੈਂ ਹੈਰਾਨ ਹੁੰਦਾ ਕਿ ਸਿਰਫ ਅੱਲਾਹ ਦੇ ਪਾਸੇ ਆਉਣ ਵਾਸਤੇ ਹਾਲਾਤ ਖਰਾਬ ਆ, ਰੋਟੀ ਬੰਦਾ ਖਾਂਦਾ ਕਿ ਨਹੀਂ ਖਾ ਰਿਹਾ, ਜੇ ਕੋਈ ਵਿਆਹ ਆ ਜਾਵੇ ਬੰਦਾ ਜਾਂਦਾ ਕਿ ਨਹੀਂ ਜਾਂਦਾ, ਪਲੀਜ਼ ਸਾਹਿਬ ਖੁਸ਼ੀ ਗਮੀ ਹੋ ਜਾਏ ਜਾਂਦਾ ਕਿ ਨਹੀਂ ਜਾਂਦਾ, ਇੱਧਰੋਂ ਪੁੱਛ ਕੇ ਫੈਲੋ ਬੰਦਾ ਜਿਹਨੂੰ ਕੁਛ। ਹਾਲਾਤ ਬੜੇ ਟਾਈਟ ਨੇ, ਬਹੁਤ ਜੀ ਟਾਈਟ ਹੋ ਗਏ, ਬਹੁਤ ਜੀ ਟਾਈਟ ਹੋ ਗਏ। ਇਹਨਾਂ ਯਾਰ ਸ਼ਿਕਵਾ ਰੱਬ ਦੇ ਨਾਲ ਬੰਦੇ ਨੇ ਸ਼ੁਰੂ ਕਰਤਾ, ਇਹਨਾਂ ਸ਼ਿਕਵਾ ਰੱਬ ਨੇ, ਰੱਬ ਦੀ ਵੀ ਤੇ ਰਹਿਮਤ ਹੈ। ਦੇਖੋ ਨਾ ਉਹ ਫਿਰ ਦਿਨ ਦੇਈ ਜਾਂਦਾ, ਕਿੰਨੇ ਕੁ ਬੰਦੇ ਭੁੱਖੇ ਮਾਰ ਗਏ ਨੇ, ਪੈਟਰੋਲ ਮਹਿੰਗਾ ਹੋ ਗਿਆ, ਕਿੰਨੇ ਕੁ ਬੰਦੇ ਭੁੱਖੇ ਮਾਰ ਗਏ। ਰੋਟੀ ਜੀ ਸਭ ਖਾ ਕੇ ਸੁਣਦੇ ਹੋ ਕਿ ਨਹੀਂ? ਇਸ ਵਜ੍ਹਾ ਤੋਂ ਜੀ ਅਕਬਰ ਸਾਹਿਬ ਥੋੜ੍ਹਾ ਜਿਹਾ ਨਾ ਵੀ ਤੁਹਾਡੇ ਨਾਲ ਦੇਖੋ ਉਸਤਾਦ ਦੇ ਜ਼ਿਹਨ 'ਚ ਇੱਕ ਪ੍ਰੋਗਰਾਮ ਬਣਿਆ ਹੁੰਦਾ ਨਾ, ਜਾਫਰ ਸਾਹਿਬ ਨੇ ਉਹ ਆਉਂਦੇ ਨੇ ਖਿਦਮਤ। ਦੇਖੋ ਜਿਹੜੇ ਸਾਥੀ ਮੈਨੂੰ ਦੱਸੋ ਨਾ ਕਿ ਮੈਂ ਮੇਰੇ ਜ਼ਿਹਨ 'ਚ ਗਿਟਾਰ ਕੱਢੀ ਹੁੰਦਾ ਨਾ ਜੀ, ਫਲਾਣੇ ਫਲਾਣੇ ਸਾਥੀ ਮੇਰੇ ਨਾਲ ਚੱਲਦੇ ਪਏ ਨੇ, ਜਦ ਤੱਕ ਇਹਨਾਂ ਕੁ ਨਿਜ਼ਾਮ ਜਿਹੜਾ ਨਾ ਬਣ ਜਾਵੇ, ਸਾਥੀਆਂ ਦਾ ਨਾਲ ਨਾਲ ਕੋਈ ਸਿਸਟਮ ਚੱਲਦਾ ਰਹੇ, ਇੰਨੀ ਇੰਨੀ ਕੁ ਸਿਰਫ ਖੁਦਾ ਦੀ ਕਸਮੇ ਸਿਰਫ ਇੰਨੀ ਕੁ ਪਲਾਨਿੰਗ ਹੁੰਦੀ ਹੈ ਜੀ।